ਦਾਸ ਪਿੰਦਾ ਮਠੱਡਾ ਪੰਜਾਬ ਦੇ ਵਿੱਚ ਜਿਹੜਾ ਜਲੰਧਰ ਜ਼ਿਲ੍ਹੇ ਨੂੰ ਬਿਲੋਂਗ ਕਰਦਾ ਪੰਜਾਬ ਦੇ ਵਿੱਚੋਂ ਛੋਟੀ ਜਿਹੀ ਉਮਰ ਦੇ ਵਿੱਚ 16-17 ਸਾਲ ਦੀ ਉਮਰ ਦੇ ਵਿੱਚ ਇੰਗਲੈਂਡ ਵਿੱਚ ਆਇਆ ਸੀ ਅਤੇ ਪੰਜਾਬ ਦੇ ਵਿੱਚ ਦਾਸ ਵਾਲੀਬਾਲ ਦਾ ਪੰਜਾਬ ਸਿਲੈਕਟ ਰਿਹਾ ਅਤੇ ਕਬੱਡੀ 65 ਕਿਲੋ ਦੇ ਵਿੱਚ ਖੇਡਦਾ ਰਿਹਾ ਇੰਗਲੈਂਡ ਦੇ ਵਿੱਚ ਆ ਕੇ ਕੰਮ ਕਾਰ ਦੇ ਨਾਲ ਨਾਲ ਜਿੱਥੇ ਆਪਣੀ ਜ਼ਿੰਦਗੀ ਸੈਟਲ ਕਰਨੀ ਸੀ ਅਤੇ ਨਾਲ ਨਾਲ ਗੁਰੂ ਘਰ ਵਿਖੇ ਸੇਵਾ ਅਤੇ ਕਬੱਡੀ ਦੇ ਵਿੱਚ ਵੀ ਇੱਥੇ ਇੰਗਲੈਂਡ ਦੇ ਵਿੱਚ ਤਕਰੀਬਨ 10 ਸਾਲ 65 ਕਿਲੋ ਭਾਰ ਦੇ ਵਿੱਚ ਕਬੱਡੀ ਖੇਡਿਆ ਉਸ ਤੋਂ ਬਾਅਦ ਗੁਰੂ ਘਰ ਵੀ ਸੇਵਾ ਕਾਫੀ ਕਰਦੇ ਰਹੇ ਹਾਂ ਦਾਸ ਦਾ ਪਰਿਵਾਰ ਛੋਟਾ ਬ੍ਰਦਰ ਇੱਥੇ ਸੱਤਾ ਮਠੱਡਾ ਇੰਗਲੈਂਡ ਦੇ ਵਿੱਚ ਆ ਅਤੇ ਦਾਸ ਦੇ ਬਾਕੀ ਦੋ ਬ੍ਰਦਰ ਇੰਡੀਆ ਦੇ ਵਿੱਚ ਜਿਹੜੇ ਆਪਣੇ ਸਾਡੀ ਖੇਤੀਬਾੜੀ ਦੇ ਲੁੱਕਆਫਟ ਕਰਦੇ ਆ ਅਤੇ ਮੰਮੀ ਡੈਡੀ ਇੰਡੀਆ ਦੇ ਵਿੱਚ ਆ ਇੱਥੇ ਮੇਰੇ 3 ਗੁੱਡੀਆਂ ਵੱਡੀਆਂ ਵੱਡੀ ਗੁੱਡੀ ਪਿਛਲੇ ਸਾਲ ਜਿਹਦਾ ਵਿਆਹ ਹੋਇਆ ਅਤੇ 2 ਵੱਡੀ ਸ਼ਰਨ ਦੂਜੀ ਜਿਹੜੀ ਸੈਕਿੰਡ ਆ ਜਿੰਦੀ ਤੀਸਰੀ ਮਨਪ੍ਰੀਤ ਅਤੇ ਫਿਰ ਵਾਹਿਗੁਰੂ ਨੇ ਕਿਰਪਾ ਕੀਤੀ ਸੀ ਜਿਹੜਾ ਭਚੰਗੀ ਦੀ ਦਾਤ ਆ ਉਹ ਮੇਰਾ ਕਰਮਵੀਰ ਮੇਰਾ ਲਾਡਲਾ ਪੁੱਤਰ ਅਤੇ ਜਿਹੜਾ ਕਬੱਡੀ ਦੇ ਵਿੱਚ ਹੌਲੀ ਹੌਲੀ ਪੈਰ ਰੱਖਦਾ ਅਤੇ ਮੇਰੇ 2 ਭਤੀਜੇ ਵੀ ਇੱਥੇ ਇੰਗਲੈਂਡ ਦੇ ਵਿੱਚ ਤਨਵੀਰ ਅਤੇ ਦਲਜੀਤ ਜਿਹੜੇ ਉਹ ਵੀ ਕਬੱਡੀ ਖੇਡਦੇ ਆ ਅੰਡਰ 21 ਦੇ ਵਿੱਚ ਅਤੇ ਇੰਗਲੈਂਡ ਦੇ ਵਿੱਚ ਕਬੱਡੀ ਖੇਡਦੇ ਖੇਡਦੇ ਅਤੇ ਕਾਫੀ ਸਮੇਂ ਤੋਂ ਪਹਿਲਾਂ ਇੰਗਲੈਂਡ ਦੇ ਵਿੱਚ ਕਮੈਂਟਰੀ ਕਰਨ ਪ੍ਰੋਫੈਸਰ ਮੱਖਣ ਸਿੰਘ ਜਿਹਨੂੰ ਸਾਰੀ ਦੁਨੀਆ ਜਾਣਦੀ ਆ ਉਹ ਇੱਥੇ ਇੰਗਲੈਂਡ ਵਿੱਚ ਆਏ ਸੀ ਅਤੇ ਕੁਝ ਕਾਰਨਾਂ ਕਾਰਨ 2 ਸਾਲ ਬਾਅਦ ਸਾਰੇ ਖਿਡਾਰੀਆਂ ਦਾ ਅਤੇ ਪ੍ਰੋਫੈਸਰ ਮੱਖਣ ਸਿੰਘ ਜੀ ਦਾ ਉਹਨਾਂ ਦਾ ਵੀਜ਼ਾ ਜਿਹੜਾ ਸੀਗਾ ਰਿਫਿਊਜ਼ ਹੋ ਗਿਆ ਅਤੇ ਦਾਸ ਗੁਰੂ ਘਰ ਗ੍ਰੇਵ ਏਜੰਟ ਗੁਰੂ ਨਾਨਕ ਗੁਰਦੁਆਰਾ ਗ੍ਰੇਵ ਏਜੰਟ ਵਿਖੇ ਸਟੇਜ ਸਕੱਤਰ ਸੀ ਅਤੇ ਸਾਰੇ ਜਿਹੜੇ ਪੁਰਾਣੇ ਖਿਡਾਰੀ ਆ ਜਿੰਨੇ ਵੀ ਇੰਗਲੈਂਡ ਵਿੱਚ ਖੇਡਦੇ ਸੀ ਉਹਨਾਂ ਵੱਲੋਂ ਮੈਨੂੰ ਇਹ ਹੁਕਮ ਲਾ ਲਓ ਬੇਨਤੀ ਲਾ ਲਓ ਵੀ ਉਹਨਾਂ ਨੂੰ ਕੀਤੀ ਗਈ ਵੀ ਤੂੰ ਕੋਸ਼ਿਸ਼ ਕਰ ਕਮੈਂਟਰੀ ਕਰਨ ਦੀ ਅਤੇ ਦਾਸ ਨੇ ਜਿਹੜੀ ਕਮੈਂਟਰੀ ਆ ਤਕਰੀਬਨ ਅੱਜ ਤੋਂ 10 ਸਾਲ ਪਹਿਲਾਂ ਸ਼ੁਰੂ ਕੀਤੀ ਸੀ ਅਤੇ ਵਾਹਿਗੁਰੂ ਦੀ ਪੂਰੀ ਕਿਰਪਾ ਸਾਰੇ ਖਿਡਾਰੀਆਂ ਦਾ ਸਾਰੀਆਂ ਕਲੱਬਾਂ ਦਾ ਸਾਰੇ ਦਰਸ਼ਕਾਂ ਦਾ ਸਹਿਯੋਗ ਅਤੇ ਉਹ ਵਾਹਿਗੁਰੂ ਦੀ ਕਿਰਪਾ ਅੱਜ ਦੇ ਲੈਵਲ 'ਤੇ ਦਾਸ ਪਹੁੰਚਿਆ ਆ ਸਾਰੇ ਯੂਰਪ ਵਿੱਚ ਕੈਨੇਡਾ ਅਮਰੀਕਾ ਇੰਡੀਆ ਦੇ ਵਿੱਚ ਤਕਰੀਬਨ 8-9 ਜਿਹੜੇ ਗੋਲਡ ਮੈਡਲ ਵੀ ਜਿਹੜੇ ਆ ਉਹ ਪੈ ਚੁੱਕੇ ਆ ਅਤੇ ਇਹ ਸਾਰੀ ਵਾਹਿਗੁਰੂ ਦੀ ਕਿਰਪਾ ਅਤੇ ਇਹ ਤੁਹਾਡਾ ਸਾਰਿਆਂ ਦਾ ਪਿਆਰ ਆ ਬਸ ਮੈਂ ਉਸ ਲੈਵਲ 'ਤੇ ਜਿੱਥੇ ਪਹੁੰਚਿਆ ਆ ਕਦੇ ਸੋਚਿਆ ਵੀ ਨਹੀਂ ਸੀਗਾ ਵੀ ਇਸ ਲੈਵਲ 'ਤੇ ਪਹੁੰਚੂਗਾ ਅਤੇ ਇਹ ਸਾਰਿਆਂ ਦਾ ਤੁਹਾਡਾ ਸਹਿਯੋਗ ਆ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੀ ਮੇਰੀ ਸੋਚਣੀ ਆ ਮੈਂ ਇਹ ਹੀ ਸੋਚਦਾ ਹਮੇਸ਼ਾ ਹੀ ਵੀ ਜੇ ਕਬੱਡੀ ਜਿਹੜੀ ਖੇਡ ਮਾਇਆ ਅੱਜ ਅਸੀਂ ਜਦੋਂ ਖੇਡਣਾ ਇੰਗਲੈਂਡ ਵਿੱਚ ਲੱਗੇ ਹਾਂ ਕੋਲੋਂ 2-2 ਪਾਉਂਡ ਪਾ ਕੇ ਕਿਰਾਇਆ ਬੈਨ ਦੇ ਵਿੱਚ ਲਾ ਕੇ ਫਿਰ ਖੇਡਣ ਜਾਂਦੇ ਸੀ ਅੱਜ ਜਿਹੜਾ ਇੱਕ ਰੋਟੀ ਦਾ ਸਾਧਨ ਬਣ ਚੁੱਕਾ ਮੈਂ ਬੇਨਤੀ ਕਰੂੰਗਾ ਜਿੰਨੇ ਵੀ ਪੰਜਾਬ ਤੋਂ ਖਿਡਾਰੀ ਆਉਂਦੇ ਆ ਜਾਂ ਇੱਥੋਂ ਖੇਡਦੇ ਆ ਉਹਨਾਂ ਨੂੰ ਵੀ ਪਲੀਜ਼ ਮੇਰੀ ਮਿਹਨਤ ਮੰਨ ਕੇ ਨਸ਼ਿਆਂ ਦਾ ਖਹਿੜਾ ਛੱਡ ਕੇ ਮਿਹਨਤ ਕਰਕੇ ਕਬੱਡੀ ਖੇਡੋ ਅਸੀਂ 10-12 ਘੰਟੇ ਕੰਮ 'ਤੇ ਲਾ ਕੇ ਫਿਰ ਕਬੱਡੀ ਖੇਡੀ ਆ ਇਸੇ ਤਰ੍ਹਾਂ ਕਬੱਡੀ ਜਿਹੜੀ ਆ ਮੁੜ ਕੇ ਦਾਸ ਸੁਪਨੇ ਲੈਂਦਾ ਵੀ ਇਹ ਕਬੱਡੀ ਕਦੇ ਮੁੜ ਕੇ ਉਸੇ ਤਰ੍ਹਾਂ ਖੇਡ ਹੋਊਗੀ ਜੇ ਖੇਡ ਹੋਊਗੀ ਤਾਂ ਮੇਰੇ ਖਿਆਲ ਆ ਵੀ ਸਾਰੇ ਜਿਹੜੇ ਸਾਡੇ ਦਰਸ਼ਕ ਆ ਸਾਡੀਆਂ ਕਲੱਬਾਂ ਉਹ ਵਧਾਈ ਦੇ ਪਾਤਰ ਹੋਣਗੇ ਅੱਜ ਮੀਡੀਆ ਆ ਤੁਹਾਨੂੰ ਘਰ ਰਾਤ ਨੂੰ ਪਲੇਅਰ ਜਿਹੜਾ ਖੇਡਣ ਲੱਗਦਾ ਸਵੇਰ ਨੂੰ ਸਟਾਰ ਬਣਦਾ ਸਿਰ www.kabaddiuk.com ਜਿਹੜੀ ਆ ਵੈਬਸਾਈਟ ਆ ਸਾਡੇ ਵੀਰ ਜਿਹੜੇ ਆ ਵੱਧ ਚੜ੍ਹ ਕੇ ਇਹ ਸਹਿਯੋਗ ਦਿੰਦੇ ਆ ਸਾਰੀ ਦੁਨੀਆ ਵਿੱਚ ਇਹ ਕਬੱਡੀ ਨੂੰ ਪਹੁੰਚਦਾ ਕਰਨ ਲਈ ਅਤੇ ਸਾਨੂੰ ਇਹਨਾਂ ਦਾ ਮਾਣ ਵੀ ਰੱਖਣਾ ਚਾਹੀਦਾ ਕਿਉਂਕਿ ਇੰਗਲੈਂਡ ਕਬੱਡੀ ਫੈਡਰੇਸ਼ਨ ਨੇ ਪਹਿਲਾ ਜਿਹੜਾ ਸਟੈਪ ਚੱਕਿਆ ਸੀ ਡਰੱਗ ਕਿਉਂਕਿ ਪਹਿਲਾਂ 2 ਸਾਲ ਖਿਡਾਰੀ ਬੈਨ ਵੀ ਰਹੇ ਆ ਉਦੋਂ ਦੂਸਰੇ ਸਾਲ ਫਿਰ ਟੈਸਟ ਨਹੀਂ ਕੀਤੇ ਗਏ ਤੀਸਰੇ ਸਾਲ ਸਿਰ ਇੱਕ ਖਿਡਾਰੀ ਜਿਹੜਾ ਡਰੱਗ ਦੇ ਵਿੱਚ ਆਇਆ ਸੀਗਾ ਉਸ ਨੂੰ ਬੈਨ ਕੀਤਾ ਗਿਆ 2 ਸਾਲ ਲਈ ਅਤੇ ਅੱਜ ਫਿਰ ਇਸ ਸਾਲ ਜਿਹੜੇ ਖਿਡਾਰੀਆਂ ਨੂੰ ਫਿਰ ਚੈੱਕ ਕੀਤਾ ਜਾਂਦਾ ਆ ਸਾਰਿਆਂ ਨੂੰ ਅਤੇ ਇਹ ਐਂਡ ਆਫ ਸੀਜ਼ਨ 'ਤੇ ਪਤਾ ਲੱਗੂ ਵੀ ਕਿਹੜੇ ਖਿਡਾਰੀ ਜਿਹੜੇ ਆ ਉਹ ਡਰੱਗ ਦੇ ਵਿੱਚ ਆਉਂਦੇ ਆ ਅਤੇ ਅਸੀਂ ਵਾਰ ਵਾਰ ਇਹ ਬਾਹਰਲੀਆਂ ਜਿਹੜੀਆਂ ਫੈਡਰੇਸ਼ਨਾਂ ਆ ਅੱਜ ਇਟਲੀ ਤੋਂ ਵੀ ਜਿੱਦਾਂ ਉਹਨਾਂ ਦਾ ਫੋਨ ਆਇਆ ਸੀ ਉੱਥੇ ਵੀ ਜਿਹੜੀ ਖਿਡਾਰੀਆਂ ਨੇ ਆਪਣੀ ਇੱਕ ਕਮੇਟੀ ਬਣਾ ਕੇ ਅੱਜ ਪਹਿਲਾ ਟੂਰਨਾਮੈਂਟ ਇਟਲੀ ਵਿਖੇ ਹੋ ਰਿਹਾ ਉਹ ਵੀ ਵਧਾਈ ਦੇ ਪਾਤਰ ਉਹਨੇ ਦੱਸਿਆ ਵੀ ਜ਼ਰੂਰ ਇਹ ਮੈਨੂੰ ਦੱਸਿਆ ਵੀ ਪੈਂਦੇ ਅਨਾਊਂਸ ਕਰਦੇ ਹੋਲੈਂਡ ਜਰਮਨੀ ਸਾਰੇ ਉੱਧਰ ਵੀ ਮੈਚ ਚੱਲਦੇ ਆ ਅਤੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਸਾਰੇ ਪਾਸੇ ਜਿਹੜੇ ਆ ਟੂਰਨਾਮੈਂਟ ਖੇਡ ਮੇਲੇ ਚੱਲ ਰਹੇ ਆ ਅਤੇ ਸਾਰਿਆਂ ਨੂੰ ਬੇਨਤੀ ਆ ਸਾਰੀਆਂ ਫੈਡਰੇਸ਼ਨਾਂ ਇਹ ਜ਼ਰੂਰ ਸੋਚੋ ਸਾਡੀ ਜਿਹੜੀ ਆਪਣੀ ਪਨੀਰੀ ਜਿਹੜੀ ਆਉਣ ਵਾਲੀ ਜਨਰੇਸ਼ਨ ਆ ਪੰਜਾਬ ਦੇ ਵਿੱਚ ਇੱਕ ਤਾਂ ਸਾਡੇ ਜਿਹੜੇ ਆ ਖਿਡਾਰੀ ਜਿਹੜੇ ਆ ਉਹ ਨਸ਼ਿਆਂ ਵਿੱਚ ਡੁੱਬੇ ਪਏ ਆ ਜਿਨ੍ਹਾਂ ਨੂੰ ਅਸੀਂ ਕਰੋੜਾਂ ਰੁਪਈਆ ਜਿਨ੍ਹਾਂ 'ਤੇ ਖਰਚਦੇ ਹਾਂ ਖੇਡ ਮੇਲੇ ਕਰਵਾਉਂਦੇ ਹਾਂ ਦੂਸਰੇ ਜਿਹੜੇ ਨਹੀਂ ਵੀ ਖੇਡਦੇ ਉਹ ਵੀ ਸਮੈਕ ਪਤਾ ਨਹੀਂ ਕਿੱਦਾਂ ਕਿੱਦਾਂ ਦੇ ਨਸ਼ੇ ਜਿਹੜੇ ਖਾਂਦੇ ਇਕੱਲੇ ਇਕੱਲੇ ਘਰਾਂ ਦੇ ਪੋਤੇ ਆ ਜਿਹੜੇ ਇਸ ਵੇਲੇ ਮਾਂ ਪੇ ਗੋਡਿਆਂ ਸਿਰ ਸਿਰ ਦੇ ਰੋਂਦੇ ਆ ਵੀ ਆਹ ਨਸ਼ੇ ਕਿੱਥੋਂ ਆਉਂਦੇ ਆ ਇਹ ਗੌਰਮੈਂਟ ਸੈਂਟਰ ਗੌਰਮੈਂਟ ਦਾ ਬਹੁਤ ਵੱਡਾ ਪਲੈਨ ਆ
ਜਿਹੜਾ ਪੰਜਾਬ ਨੂੰ ਉਹਨੇ ਹਰ ਕੀਮਤ 'ਤੇ ਜਿਹੜਾ ਆ ਪੰਜਾਬ ਨੂੰ ਉਹਨੇ ਡੈਡ ਕਰਨਾ, ਪਰ ਸਾਨੂੰ ਸਾਡੇ ਜਿਹੜੇ ਆ ਸੈਰ ਸਾਰ ਰੱਬ ਨੇ ਹਰੇਕ ਨੂੰ ਦਿੱਤਾ ਆ, ਪਰ ਸੈਰ ਸਾਡੇ ਨੂੰ ਸੋਚਣਾ ਚਾਹੀਦਾ ਵੀ ਅਸੀਂ ਕਿਹੜੇ ਪਾਸੇ ਨੂੰ ਤੁਰ ਪਏ ਹਾਂ। ਉਹ ਪੰਜਾਬ ਜਿਹਨੂੰ ਪੰਜਾਬ ਦਾ ਨਾਂ ਸੁਣ ਕੇ ਦੁਨੀਆ ਕੰਬਦੀ ਸੀ, ਅੱਜ ਉਸ ਪੰਜਾਬ ਦੇ ਵਿੱਚ ਸਾਡੇ ਘਰਾਂ 'ਤੇ ਸਾਡੇ ਬੱਚਿਆਂ 'ਤੇ ਸਾਡੇ ਘਰ ਆ ਕੇ ਅੱਜ ਹਮਲੇ ਹੁੰਦੇ ਆ। ਇਹ ਤੁਹਾਡੀ ਆਪਣੀ ਕਮਜ਼ੋਰੀ ਆ। ਮੈਂ ਬੇਨਤੀ ਕਰੂੰਗਾ, ਅੱਜ ਤੋਂ ਦੁਨੀਆ ਦੇ ਕੋਨੇ ਕੋਨੇ 'ਚ ਵੇਖਣਾ, ਹੱਥ ਬੰਨ੍ਹ ਕੇ ਬੇਨਤੀ ਆ ਮੇਰੇ ਛੋਟੇ ਵੀਰੋ, ਮੇਰੇ ਬੱਚਿਓ, ਮੇਰੇ ਵੱਡੇ ਵੀਰੋ, ਨਸ਼ਿਆਂ ਤੋਂ ਬਚੋ, ਮਿਹਨਤ ਕਰੋ। ਤੁਹਾਨੂੰ ਅੱਜ ਪੂਰੇ ਬਾਹਰੋਂ ਵਿਦੇਸ਼ੀ ਜਿੰਨੇ ਵੀ ਅਸੀਂ ਪ੍ਰਵਾਸੀ ਬੈਠੇ, ਪੂਰਾ ਸਹਿਯੋਗ ਆ। ਅਸੀਂ ਇੱਕ ਵਾਰ ਫਿਰ ਧੰਨਵਾਦ ਕਰਦੇ ਹਾਂ www.kabaddiuk.com ਦਾ, ਜਿਨ੍ਹਾਂ ਨੇ ਇਹ ਬਹੁਤ ਵੱਡਾ ਉਪਰਾਲਾ ਕੀਤਾ। ਅਸੀਂ ਫਿਰ ਇੰਗਲੈਂਡ ਕਬੱਡੀ ਫੈਡਰੇਸ਼ਨ ਵੱਲੋਂ ਅਤੇ ਦਾਸ ਭਿੰਦਾ ਮਠੱਡਾ ਜਿਹੜਾ ਇੰਟਰਨੈਸ਼ਨਲ ਕੰਪੀਟੀਟਰ ਆ, ਮੇਰੇ ਪਰਿਵਾਰ ਵੱਲੋਂ ਇੱਕ ਵਾਰ ਫਿਰ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਅਤੇ ਇਹਨਾਂ ਨੂੰ ਵਧਾਈ ਦਿੰਦੇ ਹਾਂ ਅਸੀਂ ਸਾਰੇ ਹੀ ਦਰਸ਼ਕਾਂ ਵੱਲੋਂ, ਇੰਗਲੈਂਡ ਕਬੱਡੀ ਫੈਡਰੇਸ਼ਨ, ਯੂਰਪ ਕਬੱਡੀ ਫੈਡਰੇਸ਼ਨ ਵੱਲੋਂ, ਕਿਉਂਕਿ ਇਹਨਾਂ ਨੇ ਸਾਰੇ ਜਿਹੜੇ ਮੇਲੇ ਆ ਉਹ ਕਵਰ ਕਰਕੇ ਇੰਟਰਨੈਟ 'ਤੇ ਚਾੜ੍ਹਨੇ ਆ। ਬਹੁਤ ਬਹੁਤ ਧੰਨਵਾਦ, ਥੈਂਕ ਯੂ।